ਤੋਂ ਤੁਹਾਡਾ ਸਾਡੇ ਚੈਨਲ 'ਤੇ। ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਲ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਖੁਸ਼ਦੀਪ ਸਿੰਘ ਗਿੱਲ, ਜਿਸ ਦਾ ਪਿੰਡ ਹੈ ਦੁੱਗਾ, ਅਤੇ ਖੁਸ਼ੀ ਦੇ ਪਿਤਾ ਦਾ ਨਾਮ ਹੈ ਨਿਰਮਲ ਸਿੰਘ, ਜੋ ਕਿ ਪਿੰਡ ਦੇ ਪੰਚ ਵੀ ਹਨ। ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਖੁਸ਼ੀ ਨੇ ਦੋ ਪਿੰਡ ਮਸ਼ਹੂਰ ਕੀਤੇ ਹਨ, ਦਿੜਬਾ ਅਤੇ ਦੁੱਗਾ। ਜੇਕਰ ਗੱਲ ਕਰੀਏ ਤਾਂ ਕਬੱਡੀ ਵਿੱਚ ਸਭ ਤੋਂ ਵੱਧ ਫੈਨ ਕਿਸ ਖਿਡਾਰੀ ਦੇ ਹਨ, ਤਾਂ ਸਭ ਤੋਂ ਪਹਿਲਾ ਨਾਮ ਖੁਸ਼ੀ ਦਾ ਆਉਂਦਾ ਹੈ, ਜਿਸ ਦੀ ਸਭ ਤੋਂ ਵੱਧ ਫੈਨ ਫੋਲੋਇੰਗ ਹੈ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਖੁਸ਼ੀ ਨੇ ਕਬੱਡੀ ਵਿੱਚ ਕਿਹੜੇ ਕਿਹੜੇ ਨਾਮ ਜਿੱਤੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਟਰਸਾਈਕਲਾਂ ਦੀ, ਤਾਂ ਖੁਸ਼ੀ ਨੇ ਦੋਸਤੋ 11 ਮਾਰਚ ਤੱਕ 65 ਮੋਟਰਸਾਈਕਲ ਜਿੱਤੇ ਹਨ, ਜਿਨ੍ਹਾਂ ਵਿੱਚੋਂ ਦੋਸਤੋ 24-25 ਦੇ ਕਰੀਬ ਬੁਲਟ ਮੋਟਰਸਾਈਕਲ ਹਨ ਅਤੇ ਬਾਕੀ ਛੋਟੇ ਮੋਟਰਸਾਈਕਲ ਹਨ। ਜੇ ਹੁਣ ਗੱਲ ਕਰੀਏ ਟਰੈਕਟਰਾਂ ਦੀ, ਤਾਂ ਖੁਸ਼ੀ ਹੁਣ ਤੱਕ 3 ਟਰੈਕਟਰ ਜਿੱਤ ਚੁੱਕਾ ਹੈ। ਪਹਿਲਾ ਟਰੈਕਟਰ ਉਸਨੇ ਰਾਜਕੋਟ ਦੇ ਕਬੱਡੀ ਕੱਪ ਤੋਂ ਜਿੱਤਿਆ, ਅਤੇ ਦੂਸਰਾ ਟਰੈਕਟਰ ਵਰਲਡ ਕਬੱਡੀ ਕੱਪ, ਅਤੇ ਤੀਸਰਾ ਟਰੈਕਟਰ ਮਲੇਰਕੋਟਲੇ ਦੇ ਕਬੱਡੀ ਕੱਪ ਤੋਂ ਜਿੱਤਿਆ ਹੈ। ਅਤੇ ਦੋਸਤੋ, ਜੇ ਗੱਲ ਕਰੀਏ ਗੱਡੀਆਂ ਦੀ, ਖੁਸ਼ੀ ਨੂੰ ਹੁਣ ਤੱਕ 3 ਗੱਡੀਆਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਸਵਿਫਟ, ਇੱਕ ਇਨੋਵਾ ਅਤੇ ਇੱਕ ਫਾਰਚੂਨਰ ਗੱਡੀ ਹੈ। ਅਤੇ ਸੋਨੇ ਦੀ ਗੱਲ ਕਰਦੇ ਹਾਂ, 25-30 ਦੇ ਕਰੀਬ ਸੋਨੇ ਦੀਆਂ ਮੁੰਦੀਆਂ ਅਤੇ ਕੜੇ ਜਿੱਤੇ ਹਨ। ਹਾਲ ਹੀ ਵਿੱਚ ਖੁਸ਼ੀ ਦਾ ਕਬੱਡੀ ਕੱਪ ਅਤੇ 5 ਤੋਲੇ ਦੀ ਚੈਨ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਅਤੇ ਹੋਰ, ਖੁਸ਼ੀ ਨੇ ਕਬੱਡੀ ਵਿੱਚ ਨੁਕਰੇ ਘੋੜੇ, ਮੱਝਾਂ ਆਦਿ ਵੀ ਜਿੱਤੀਆਂ ਹਨ। ਦੁਆ ਕਰਦੇ ਹਾਂ ਖੁਸ਼ੀ ਦੀ ਕਬੱਡੀ ਵਿੱਚ ਚੜ੍ਹਾਈ ਲਗਾਤਾਰ ਜਾਰੀ ਰਹੇ, ਵਾਹਿਗੁਰੂ ਉਸ 'ਤੇ ਇੱਦਾਂ ਹੀ ਮਿਹਰ ਭਰਿਆ ਹੱਥ ਰੱਖੇ। ਅਤੇ ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਦੋਸਤੋ, ਅਸੀਂ ਅਗਲੀ ਵੀਡੀਓ ਲੈ ਕੇ ਆ ਰਹੇ ਹਾਂ ਪਾਲੇ ਜਲਾਲਪੁਰ ਬਾਰੇ ਦੀ। ਦੋਸਤੋ, ਜੇਕਰ ਤੁਸੀਂ ਕਿਸੇ ਖਿਡਾਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਸਾਨੂੰ ਮੈਸੇਜ ਕਰੋ। ਧੰਨਵਾਦ।